ਕੱਲ ਸਾਡੇ ਨਿਰਮਲ ਕੁਮਾਰ ASI ਥਾਣਾ ਤੋਂ ਮੇਨ ਚੌਂਕ ਬਲਾਚੌਰ ਵਿੱਚ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਮੌਜੂਦ ਸੀ, ਜਿੱਥੇ ਸ਼ਾਮ ਦੇ ਸਮੇਂ ਤਕਰੀਬਨ 7:30 ਵਜੇ ਇੱਕ ਲੇਡੀ ਰਜਿੰਦਰ ਕੌਰ, ਪਤਨੀ ਓਂਕਾਰ ਸਿੰਘ, ਵਾਸੀ ਵਾਰਡ ਨੰਬਰ 6 ਬਲਾਚੌਰ ਨੇ ਆਪਣੇ ਹਸਬੈਂਡ ਦੇ ਸਮੇਤ ਮਿਲ ਕੇ ਇਹਨਾਂ ਨੂੰ ਬਿਆਨ ਲਿਖਾਇਆ ਕਿ ਉਹ ਭੱਦੀ ਰੋਡ 'ਤੇ ਆਪਣੀ ਸਹੇਲੀ ਬਬੀਤਾ ਦੀ ਐਕਟਿਵਾ 'ਤੇ ਸਵਾਰ ਹੋ ਕੇ ਆਪਣੇ ਕਿਸੇ ਹੋਰ ਫਰੈਂਡ ਸਰਕਲ ਦੇ ਵਿੱਚ ਸ਼ਗਨ ਦੇਣ ਲਈ ਜਾ ਰਹੇ ਸੀ ਅਤੇ ਜਦੋਂ ਉਹ ਗੁਰੂ ਨਾਨਕ ਮਿਸ਼ਨ ਹੋਸਪਿਟਲ ਵਾਲੀ ਗਲੀ ਦੇ ਨਜ਼ਦੀਕ ਕ੍ਰਿਸ਼ਨਾ ਜੂਲਰਸ ਦੇ ਕੋਲ ਪਹੁੰਚੇ ਆ ਅਤੇ ਪਿੱਛੋਂ ਇੱਕ ਨੌਜਵਾਨ ਲੜਕਾ ਮੋਟਰਸਾਈਕਲ 'ਤੇ ਤੇਜ਼ ਰਫ਼ਤਾਰ ਆਇਆ, ਬੈਕ ਸਾਈਡ ਪਿੱਛੇ ਤੋਂ ਮਤਲਬ ਘੁੰਮ ਕੇ ਉਸਨੇ ਉਹਨਾਂ ਦੇ ਪਰਸ ਗੋਦੀ ਵਿੱਚ ਪਿਆ ਸੀਗਾ, ਹੈਂਡ ਪਰਸ ਉਹ ਖੋਹ ਕੇ ਲੈ ਗਿਆ ਸੀਗਾ ਅਤੇ ਉਹਦੇ ਆਧਾਰ 'ਤੇ ਅਸੀਂ ਨਾਮਨੂਮ ਵਿਅਕਤੀ ਦੇ ਖਿਲਾਫ਼ ਮੁਕੱਦਮਾ ਨੰਬਰ 63 ਮਿਤੀ 27/8/2024 ਅੰਡਰ ਸੈਕਸ਼ਨ 304 ਜ.2 BNS PSCT ਬਲਾਚੌਰ ਦਰਜ ਕਰਕੇ ਦੋਸ਼ੀ ਦੀ ਭਾਲ ਕੀਤੀ ਤਾਂ ਕੁਛ ਸਮੇਂ ਬਾਅਦ ਹੀ CCTV ਫੁਟੇਜ ਅਤੇ ਕੁਛ ਲੋਕਾਂ ਦੇ ਸਹਿਯੋਗ ਨਾਲ ਇਹ ਜਿਹੜਾ ਪਰਸ ਸਨੈਚ ਕਰਨ ਵਾਲਾ ਵਿਅਕਤੀ ਸੀਗਾ ਉਸ ਨੂੰ ਅਸੀਂ ਦੌਰਾਨੇ ਨਾਕਾਬੰਦੀ ਜਿਹੜਾ ਆ ਉਹ ਮੇਨ ਚੌਂਕ 'ਚ ਕਾਬੂ ਕੀਤਾ, ਜਿਸਦਾ ਨਾਮ ਰਣਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਖੋਜੇਬੇਟ ਪਤਾ ਲੱਗਾ ਅਤੇ ਇਸਦੇ ਮੋਟਰਸਾਈਕਲ ਦੀ ਡਿੱਗੀ ਅਤੇ ਇਹਦੀ ਸਰਚ ਕਰਨ ਤੋਂ ਜਿਹੜਾ ਪਰਸ ਇਸਨੇ ਖੋਇਆ ਸੀਗਾ ਸਮੇਤ ਉਹਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਪੈਸੇ ਦੱਸੇ ਸੀ 630 ਰੁਪਏ ਦੇ ਲਗਭਗ ਸੀਗੇ ਅਤੇ ਕੁਛ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਸੀਗੇ ਉਸੇ ਤਰ੍ਹਾਂ ਹੀ ਸੇਮ ਇਸ ਤੋਂ ਜਿਹੜੇ ਉਹ ਬਰਾਮਦ ਕੀਤੇ ਗਏ। ਇਹਦਾ ਅਸੀਂ ਪ੍ਰੀਵੀਅਸ ਰਿਕਾਰਡ ਦੇਖਿਆ ਇਹਦੇ ਖਿਲਾਫ਼ ਜਿਹੜੇ ਦੋ ਮੁਕੱਦਮੇ ਹੋਰ ਸਾਡੇ ਰਿਕਾਰਡ ਮੁਤਾਬਕ ਥਾਣੇ ਦੇ ਦਰਜ ਹਨ। ਨੰਬਰ ਪਹਿਲਾ ਮੁਕੱਦਮਾ ਇਹਦੇ 15/85 ਦਾ ਹੈਗਾ ਅਤੇ ਦੂਸਰਾ ਇਹਦੇ ਕੋਈ ਵਾਈਫ ਨਾਲ ਇਹਦਾ ਕੋਈ ਜਿਹੜਾ ਡਿਸਪਿਊਟ ਚੱਲਦਾ ਫੈਮਿਲੀ ਡਿਸਪਿਊਟ ਆ ਉਸ ਸੰਬੰਧੀ ਇਹਦੇ ਦੋ ਮੁਕੱਦਮੇ ਦੇ ਖਿਲਾਫ਼ ਦਰਜ ਕੀਤੇ। ਲਗਭਗ ਸਾਨੂੰ ਵਾਰਦਾਤ ਹੋਣ ਤੋਂ ਲੈ ਕੇ ਅਤੇ ਇਹਦੇ ਭਾਲ ਤੱਕ ਸਾਨੂੰ ਤਕਰੀਬਨ 1.5-2 ਘੰਟਿਆਂ ਵਿੱਚ ਸਫਲਤਾ ਮਿਲ ਗਈ ਸੀ।